ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਪਰਮਜੀਤ ਸਿੰਘ ਪੱਟੀ ਪਿੰਡ ਡਸਕਾ ਜ਼ਿਲ੍ਹਾ ਸੰਗਰੂਰ ਤਹਿਸੀਲ ਲਹਿਰਾਗਾਗਾ ਹਰ ਐਤਵਾਰ ਹਰ ਬੁੱਧਵਾਰ ਪਿੰਡ ਡਸਕੇ ਦੇ ਵਿੱਚ ਆਪਾਂ ਮਰੀਜ਼ਾਂ ਨੂੰ ਮਿਲਦੇ ਆਂ ਜਿਹੜੇ ਛੋਟੀਆਂ ਤੋਂ ਲੈ ਕੇ ਵੱਡੀਆਂ ਬਿਮਾਰੀਆਂ ਦੇ ਨਾਲ ਕਈ-ਕਈ ਸਾਲਾਂ ਤੋਂ ਜੂਝ ਰਹੇ ਆ ਠੀਕ ਨਹੀਂ ਹੋ ਰਹੇ ਦਵਾਈਆਂ ਖਾ ਕੇ ਹੋਰ ਅੱਕ ਤੇ ਥੱਕ ਚੁੱਕੇ ਆ ਉਹ ਹਰ ਐਤਵਾਰ ਨੂੰ ਪਿੰਡ ਡਸਕੇ ਦੇ ਵਿੱਚ ਮੈਨੂੰ ਮਿਲ ਕੇ ਆਪਣੇ ਰੋਗਾਂ ਦਾ ਨਵਜ ਦਿਖਾ ਕੇ ਦੇਸੀ ਜੜੀ ਬੂਟੀਆਂ ਦੇ ਨਾਲ ਬਣੀਆਂ ਹੋਈਆਂ ਦਵਾਈਆਂ ਦੇ ਨਾਲ ਆਪਣੇ ਰੋਗਾਂ ਦਾ ਗਰੰਟੀ ਦੇ ਨਾਲ ਇਲਾਜ ਕਰਵਾ ਸਕਦੇ ਆ ਜਿਹੜਾ ਇਹ ਦਸਕਾ ਪਿੰਡ ਹੈ ਇਹ ਸੰਗਰੂਰ ਜ਼ਿਲ੍ਹੇ ਦਾ ਪਿੰਡ ਹੈ ਤਹਿਸੀਲ ਹੈ ਜਿਹੜੀ ਲਹਿਰਾਗਾਗਾ ਲੱਗਦੀ ਹੈ ਨੇੜੇ ਸ਼ਹਿਰ ਬੁੜਲਾਡਾ ਵੀ ਹੈ ਲਹਿਰਾਗਾਗਾ ਵੀ ਹੈ ਸੁਨਾਮ ਵੀ ਹੈ ਬਰੇਟਾ ਵੀ ਹੈ ਹਰ ਐਤਵਾਰ ਤੇ ਬੁੱਧਵਾਰ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਆਪਾਂ ਮਰੀਜ਼ਾਂ ਨੂੰ ਮਿਲਦੇ ਹਾਂ ਸੋ ਦਵਾਖਾਨੇ ਨੂੰ ਸਾਡੇ ਨੂੰ ਬਦਨਾਮ ਕਰਨ ਵਾਸਤੇ ਮੇਰੇ ਨਾਮ ਨੂੰ ਬਦਨਾਮ ਕਰਨ ਵਾਸਤੇ ਕਿਉਂਕਿ ਸਾਡੇ ਪਿੰਡਾਂ 'ਚ ਇੱਕ ਗੱਲ ਹੈ ਵੀ ਜਦੋਂ ਕਿਸੇ ਬੰਦੇ ਦੀ ਤਰੱਕੀ ਹੋਣ ਲੱਗਦੀ ਹੈ ਉਹਦਾ ਨਾਂ ਬਣਨ ਲੱਗਦਾ ਹੈ ਤੇ ਲੱਤਾਂ ਖਿੱਚਣ ਵਾਲੇ ਬਹੁਤ ਹੁੰਦੇ ਆ ਬਦਨਾਮੀ ਨਿੰਦਕ ਪੈਦਾ ਹੋ ਜਾਂਦੇ ਉਹਨਾਂ ਨੇ ਆਪਣੀ ਡਿਊਟੀ ਕਰਨੀ ਆ ਆਪਾਂ ਆਪਣੀ ਡਿਊਟੀ ਕਰਨੀ ਆ ਮੈਂ ਚਾਹੁੰਨਾ ਕਿਉਂਕਿ ਆਪਾਂ ਜਿਸ ਰਸਤੇ ਤੇ ਚੱਲੇ ਆ ਇਹਦੇ 'ਚ ਰੁਕਾਵਟਾਂ ਬੜੀਆਂ ਹੁੰਦੀਆਂ ਸੋ ਜਿਹੜੀਆਂ ਅੱਜ ਮੈਂ ਵਿਸ਼ੇ 'ਚ ਸੰਬੰਧ 'ਚ ਤੁਹਾਡੇ ਸਾਹਮਣੇ ਆਏ ਆ ਉਹ ਅੱਜ ਤਕਰੀਬਨ ਤਕਰੀਬਨ ਹਰ ਘਰ ਦੇ ਵਿੱਚ ਇੱਕ ਜਾਂ ਦੋ ਮਰੀਜ਼ ਪੱਕੇ ਐ ਇਸ ਬਿਮਾਰੀ ਨਾਲ ਸੰਬੰਧਤ ਉਹ ਹੈ ਜੋੜਾਂ ਦਾ ਦਰਦ ਕਿਸੇ ਦੇ ਗੋਡਿਆਂ 'ਚੋਂ ਗਰੀਸ ਖਤਮ ਹੋ ਰਹੀ ਹੈ ਕਿਸੇ ਨੂੰ ਗਠੀਆ ਕਿਸੇ ਨੂੰ ਜੂਰੀ ਹੈ ਕਿਸੇ ਦੇ ਗੋਡੇ ਨਹੀਂ ਕੰਮ ਕਰਦੇ ਕਿਸੇ ਦੇ ਵਿੰਗੇ ਹੋ ਗਏ ਗੋਡੇ ਸਰੀਰ ਦੇ ਵਿੱਚ ਗੋਡਿਆਂ 'ਚ ਇੰਨੀ ਇੱਕ ਦਰਦ ਰਹਿੰਦੀ ਹੈ ਰਾਤ ਨੂੰ ਅਗਲਾ ਨੀਂਦ ਨਹੀਂ ਆਉਂਦੀ ਉਨਾ ਵਾਸਤੇ ਅਮਰਤ ਨੁਕਤਾ ਮਹਾਪੁਰਸ਼ਾਂ ਦਾ ਦੱਸਿਆ ਹੋਇਆ ਨੁਕਤਾ ਝੋਲੀ ਦੇ ਵਿੱਚ ਪਾਉਣ ਵਾਸਤੇ ਤੁਹਾਡੇ ਅੱਜ ਮੈਂ ਆਇਆ ਉਹ ਨੋਟ ਕਰ ਲਓ ਜਿਹੜੀਆਂ ਜਿਹੜੀਆਂ ਚੀਜ਼ਾਂ ਇਹਦੇ ਵਿੱਚ ਪੈਣੀਆਂ ਬਾਕੀ ਹਰ ਐਤਵਾਰ ਤੇ ਬੁੱਧਵਾਰ ਨੂੰ ਜਿੱਡੇ ਮਰਜੀ ਗੋਡਿਆਂ ਦਾ ਕੋਈ ਰੋਗ ਹੈ ਜੋੜਾਂ ਦੇ ਦਰਦਾਂ ਦਾ ਜਿੱਡਾ ਮਰਜੀ ਕੋਈ ਰੋਗ ਹੈ ਜਿੰਦਾ ਮਰਜੀ ਜੋੜਾਂ 'ਚ ਦਰਦ ਹੈ ਜਿੱਡਾ ਮਰਜ਼ੀ ਡਾਕਟਰਾਂ ਨੇ ਕਹਿਤਾ ਹੱਡੀ ਚ ਕੈਵ ਆ ਗਿਆ ਆਪਰੇਸ਼ਨ ਕਰਨਾ ਪਊ ਬਿਨਾ ਆਪਰੇਸ਼ਨ ਤੋਂ ਠੀਕ ਕਰ ਦਾਂਗੇ ਜਿੰਨੀ ਮਰਜ਼ੀ ਗਰੀਸ ਵਿੱਚੋਂ ਖਤਮ ਹੋ ਗਈ ਐ ਚਰਬੀ ਖਤਮ ਹੋ ਗਈ ਐ ਜਿੱਡਾ ਮਰਜ਼ੀ ਗਠੀਏ ਦਾ ਰੋਗ ਐ ਪੁਰਾਣਾ ਜਿੱਡਾ ਮਰਜ਼ੀ ਜੋਰਕ ਐਕਸਡ ਐ ਜੋੜਾਂ ਦੇ ਜਿੰਨੇ ਵੀ ਰੋਗ ਨੇ ਦਰਦਾਂ ਦੇ ਗਾਰੰਟੀ ਦੇ ਨਾਲ ਮਹੀਨੇ ਚ ਅਸੀਂ ਠੀਕ ਕਰ ਦਾਂਗੇ ਇਹਦਾ ਸਾਡਾ ਦਾਵਾ ਐ ਸੋ ਜਿਹੜਾ ਤੁਸੀਂ ਨੁਕਤਾ ਘਰੇ ਬਣਾਉਣਾ ਜਿਹੜੀ ਦਵਾਈ ਅਸੀਂ ਵੀ ਇਹੀ ਬਣੀ ਹੋਈ ਦਿੰਨੇ ਆ ਦੇਖੋ ਤੁਹਾਨੂੰ ਵੀ ਇਹ ਦੱਸੀ ਹੈ ਸੇਮ ਟੂ ਸੇਮ ਹੈ ਇਹ ਨਹੀਂ ਵੀ ਸਿੱਤ ਕਹੇ ਤੁਹਾਨੂੰ ਕੁਝ ਹੋ ਰਿਹਾ ਹੈ ਆਪ ਕੁਝ ਹੋਰ ਦੇਵਾਂਗੇ ਹਨਾ ਸੋ ਨੋਟ ਕਰ ਲਓ ਜੀ ਕਿਉਂਕਿ ਮੈਂ ਚਾਹਨਾ ਵੀ ਜੁਨਾ ਕੁਝ ਮੇਰੇ ਕੋਲੇ ਹੈ ਮੇਰੀ ਝੋਲੀ 'ਚ ਮਹਾਂ ਪ੍ਰੇਸ਼ਾਨੇ ਪਾਇਆ ਹੈ ਮਰਨ ਤੋਂ ਪਹਿਲਾਂ ਪਹਿਲਾਂ ਸੰਸਾਰ ਤੋਂ ਜਾਣ ਤੋਂ ਪਹਿਲਾਂ ਪਹਿਲਾਂ ਸਾਰਾ ਕੁਝ ਤੁਹਾਡੀ ਝੋਲੀ 'ਚ ਪਾ ਦਿਆਂ ਹਜ਼ਾਰਾਂ ਵੈਦ ਹਜ਼ਾਰਾਂ ਸਾਡੇ ਡਾਕਟਰ ਮਰ ਗਏ ਜਿਨ੍ਹਾਂ ਕੋਲੇ ਬਹੁਤ ਤਕੜੇ ਨੁਕਤੇ ਸੀ ਨਾਲ ਹੀ ਲੈ ਕੇ ਚਲੇ ਗਏ ਜਾਂ ਔਲਾਦ ਤੱਕ ਸੀਮਤ ਕਰ ਗਏ ਮੈਂ ਚਾਹੁੰਨਾ ਸਾਰੀ ਦੁਨੀਆ 'ਚ ਇਹ ਨੁਕਤੇ ਜਾਣ ਸੋ ਨੋਟ ਕਰ ਲਓ ਜੀ ਜਿਹੜੀਆਂ ਚੀਜ਼ਾਂ ਲੈਣੀਆਂ ਤੁਸੀਂ ਜੜੀ ਬੂਟੀਆਂ ਪੰਸਾਰੀਆਂ ਤੋਂ ਰਸਨਾ ਲੈਣੀ ਹੈ ਇਹਦੇ ਵਿੱਚ 50 ਗ੍ਰਾਮ ਅਸ਼ਵਗੰਧਾ 50 ਗ੍ਰਾਮ ਹਿੰਗ ਸ਼ੁੱਧ 50 ਗ੍ਰਾਮ ਬਾਦਚ 50 ਗ੍ਰਾਮ ਚਿਤਰਾ 50 ਗ੍ਰਾਮ ਅਜਵੈਨ 50 ਗ੍ਰਾਮ ਵਾਓ ਵੜਿੰਗ 50 ਗ੍ਰਾਮ ਤਿਰਵੀ 50 ਗ੍ਰਾਮ ਪੜਿੰਗੇ ਜਿਹੜਾ ਵਾਉ ਬੜਿੰਦਾ ਜਿਹੜਾ ਉਹ 50 ਗ੍ਰਾਮ ਕਾਕੜਾ ਸਿੰਗੀ 50 ਗ੍ਰਾਮ ਸੰਭਾਲੂ ਦੇ ਪੱਤੇ ਇਹ 50 ਗ੍ਰਾਮ ਸੁੰਡ 50 ਗ੍ਰਾਮ ਸ਼ਤਾਵਰ 50 ਗ੍ਰਾਮ ਅਕਰਕਰਾ 50 ਗ੍ਰਾਮ ਮਾਲ ਕੰਗਣੀ 50 ਗ੍ਰਾਮ ਕੋਠ ਮਿੱਠੀ 50 ਗ੍ਰਾਮ ਤੇ ਸੋਏ ਆ ਜਿਹੜੇ ਉਹ 50 ਗ੍ਰਾਮ ਮਿੱਠੀਆਂ ਸੁਰੰਜਾਣੇ ਜੜੀਆਂ ਉਹ 100 ਗ੍ਰਾਮ ਪਿਪਲਾ ਮੂਲ 50 ਗ੍ਰਾਮ ਮਗਾ ਛੋਟੀਆਂ 50 ਗ੍ਰਾਮ ਕੌਂਚ ਦੇ ਬੀਜ ਚਿੱਟੇ 50 ਗ੍ਰਾਮ ਕਾਓ ਫਲ 50 ਗ੍ਰਾਮ ਤੇ ਕੰਡਿਆਲੀ ਛੋਟੀ 50 ਗ੍ਰਾਮ ਤੇ ਇਸੇ ਤਰ੍ਹਾਂ ਜਿਹੜਾ ਲੈਣਾ ਬ੍ਰਹਮਸੁਰਖ ਉਹ ਲੈਣਾ ਤੁਸੀਂ 50 ਗ੍ਰਾਮ ਚੱਬ 50 ਗ੍ਰਾਮ ਦੇਵਦਾਰੂ 50 ਗ੍ਰਾਮ ਚਿੱਟੀ ਸਰੋਂ 50 ਗ੍ਰਾਮ ਇੰਦਰਜੌਂ 50 ਗ੍ਰਾਮ ਤਤੀਸ 50 ਗ੍ਰਾਮ ਤੇ ਪਲਾਹ ਬੂਟੀ ਹੈ ਜਿਹੜੀ ਉਹ 50 ਗ੍ਰਾਮ, ਸ਼ੁੱਧ ਗੁਗਲ 100 ਗ੍ਰਾਮ, ਪਖੜਾ 50 ਗ੍ਰਾਮ, ਦਾਲ ਚੀਨੀ 50 ਗ੍ਰਾਮ, ਸ਼ੁੱਧ ਕੁਚਲਾ 50 ਗ੍ਰਾਮ ਤੇ ਸਿਰੰਗ ਭਸਮ ਹੈ ਜਿਹੜੀ ਇਹ 20 ਗ੍ਰਾਮ, ਬੰਗ ਭਸਮ 50 ਗ੍ਰਾਮ, ਲੌਂਗ 50 ਗ੍ਰਾਮ, ਹਾਥ ਸੁੰਡੀ ਹੈ ਜਿਹੜੀ ਹਾਥੀ ਸੁੰਡੀ ਕਹਿੰਦੇ ਆ ਜਿੰਨੂੰ ਇਹ 50 ਗ੍ਰਾਮ, ਏਲਵਾ 50 ਗ੍ਰਾਮ, ਵਿਧਾਰੀ ਗੰਧ 50 ਗ੍ਰਾਮ ਤੇ ਜੁੰਦ 50 ਗ੍ਰਾਮ ਇਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਪੀਸਣ ਵਾਲੀਆਂ ਨੂੰ ਬਰੀਕ ਪੀਸ ਕੇ ਤੇ ਜਿਹੜੀਆਂ ਪੀਸੀਆਂ ਹੋਈਆਂ ਇਹਨਾਂ ਨੂੰ ਵਿੱਚ ਮਿਲਾ ਕੇ ਚੰਗੀ ਤਰ੍ਹਾਂ ਮਿਕਸ ਕਰ ਲੈਣੀ ਹੈ ਸਾਰੀ ਦਵਾਈ ਇੱਕ ਚਮਚ ਸਵੇਰੇ ਖਾਲੀ ਪੇਟ ਦੁੱਧ ਨਾਲ ਲੈਣਾ ਇੱਕ ਚਮਚ ਸ਼ਾਮ ਨੂੰ ਰੋਟੀ ਤੋਂ ਘੰਟਾ ਪਹਿਲਾਂ ਦੋ ਟਾਈਮ ਇੱਕ ਇੱਕ ਚਮਚਾ ਦੁੱਧ ਨਾਲ ਇਹ ਦਵਾਈ ਦਾ ਲੈਣਾ ਮੈਂ ਗਰੰਟੀ ਨਾਲ ਸਟਾਮਪ ਪੇਪਰ ਤੇ ਲਿਖ ਕੇ ਦੇ ਦਿੰਦਾ ਜਿੱਡਾ ਮਰਜੀ ਗਠੀਏ ਦਾ ਰੋਗ ਹੈ ਮਰੀਜ਼ ਮੰਜੀ ਤੇ ਪਿਆ ਹੈ ਇੱਕ ਮਹੀਨੇ 'ਚ ਨੁਕਤਾ ਉਹਨੂੰ ਚਲਾ ਦੇਗਾ ਗਠੀਏ ਨੂੰ ਖਤਮ ਕਰ ਦੇਗਾ ਗਠੀਏ ਆਲਾ 3 ਮਹੀਨੇ ਵਰਤ ਇਸ ਨੁਕਤੇ ਨੂੰ ਜੁਰਕ 1.5 ਮਹੀਨੇ 'ਚ ਬਿਲਕੁਲ ਖਤਮ ਜੋੜਾਂ ਦਾ ਜਿੱਡਾ ਮਰਜੀ ਦਰਦ ਹੈ ਪਹਿਲੇ ਹਫਤੇ ਤੋਂ ਬੰਦ ਤੇ ਇਸੇ ਤਰ੍ਹਾਂ ਜੋੜਾਂ 'ਚ ਗਰੀਸ ਖਤਮ ਹੋ ਗਈ ਹੈ ਜਿਨ੍ਹਾਂ ਦੇ 3 ਮਹੀਨੇ ਵਰਤ ਲੈਣ ਦੁਆਰੇ ਜੋੜਾਂ ਦੇ ਵਿੱਚ ਚਰਬੀ ਹੱਡੀ ਦਾ ਗੈਵ ਖਤਮ ਹੋ ਜਾਏਗਾ ਮੈਂ ਗਰੰਟੀ ਨਾਲ ਦਾਅਵੇ ਨਾਲ ਇਹ ਗੱਲ ਤੁਹਾਡੇ ਚਰਨਾਂ 'ਚ ਰੱਖੀ ਹੈ ਬਾਕੀ ਹਰ ਐਤਵਾਰ ਤੇ ਬੁੱਧਵਾਰ ਨੂੰ ਪਿੰਡ ਡਸਕੇ ਦੇ ਵਿੱਚ ਮੈਨੂੰ ਮਿਲ ਕੇ ਆਪਣੇ ਰੋਗਾਂ ਦਾ ਗਰੰਟੀ ਦੇ ਨਾਲ ਤੁਸੀਂ ਇਲਾਜ ਕਰਵਾ ਸਕਦੇ ਆ। ਬਾਕੀ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਤਾਂ ਜੋ ਹਰ ਇੱਕ ਵੀਡੀਓ ਤੁਹਾਡੇ ਕੋਲੇ ਪਹਨਲ ਦੇ ਆਧਾਰ ਤੇ ਪਹੁੰਚ ਸਕੇ। ਸੋ ਬਹੁਤ ਬਹੁਤ ਧੰਨਵਾਦ ਜਿੰਨੇ ਵੀ ਸਾਡੇ ਨਾਲ ਜੁੜੇ ਹੋਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।